ਸਤਿ ਸ਼੍ਰੀ ਅਕਾਲ ਦੋਸਤੋ, ਟਰਮਨ ਕਿੰਗ ਪ੍ਰਦੀਪ ਗੱਲ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਲੈ ਕੇ ਆਇਆ 3.5 ਮੀਟਰ ਪਰਨੇ ਦੀ ਸਿੰਗਲ ਦੀ ਵੀਡੀਓ। ਔਰ ਵੀਡੀਓ ਸਟਾਰਟ ਨੂੰ ਤੋਂ ਪਹਿਲਾਂ ਲਾਈਕ, ਸ਼ੇਅਰ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੁਸੀਂ ਦੇਖ ਸਕਦੇ ਹੋ ਇੱਕ ਕੰਨੀ ਨੂੰ ਫੜਦੇ ਹੋਏ ਆਪਾਂ ਅੰਦਰਲੀ ਸਾਈਡ ਨੂੰ ਲੜ ਮੋੜ ਉੱਤੇ ਟ੍ਰੈਂਗਲ ਦੀ ਤਰ੍ਹਾਂ ਆਪਾਂ ਇੱਕ ਸਭ ਤੋਂ ਪਹਿਲਾਂ ਪੁਣੀ ਜਿਹੜੀ ਕਿ ਕਰਨੀ ਆ। ਔਰ ਪਹਿਲਾਂ ਲੜ ਲਗਾਉਣ ਤੋਂ ਬਾਅਦ ਅੱਗੇ ਨਾਲ ਦੀ ਨਾਲ ਆਪਾਂ ਦੱਸਾਂਗੇ ਕਿ ਹਲਕੇ ਹਲਕੇ ਉੱਪਰਲੇ ਪੱਲੇ ਨੂੰ ਖਿੱਚਦੇ ਹੋਏ ਵੱਟ ਪਾਵਾਂਗੇ। ਔਰ ਵੱਟ ਪਾਉਣ ਤੋਂ ਬਾਅਦ ਤੁਸੀਂ ਦੇਖੋ ਆਪਾਂ ਅਗਲੀ ਸਾਈਡ ਲੜ ਲਗਾਉਣ ਤੋਂ ਬਾਅਦ ਪੂਣੀ ਦੇਖੋ ਕਿਸ ਤਰੀਕੇ ਨਾਲ ਆਪਾਂ ਕਰਾਂਗੇ ਨਾਲ ਦੀ ਨਾਲ। ਪੂਣੀ ਕਰਨ ਦਾ ਤਰੀਕਾ ਬਿਲਕੁਲ ਸਿੰਪਲ ਤਰੀਕਾ ਜਿਹੜਾ ਕਿ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ। ਪੂਣੀ ਜੋ ਦੋ ਪਤਲੇ ਪੱਲੇ ਹੁੰਦੇ ਨੇ ਉਹ ਆਪਾਂ ਉੱਪਰ ਵਾਲੀ ਸਾਈਡ ਇਕੱਠੇ ਕਰਦੇ ਹੋਏ ਲਗਾਵਾਂਗੇ। ਇੱਥੇ ਤੁਹਾਨੂੰ ਦੱਸਿਆ ਜਾਵੇਗਾ ਕਿ ਉੱਪਰ ਵਾਲੀ ਸਾਈਡ ਤੋਂ ਜਿਹੜਾ ਲਾੜਾ ਉਹ ਬਾਹਰਲੀ ਸਾਈਡ ਨੂੰ ਰੱਖਦੇ ਹੋਏ ਆਪਾਂ ਲਗਾਵਾਂਗੇ। ਔਰ ਪੂਣੀ ਕਿਸ ਤਰੀਕੇ ਨਾਲ ਕਰਨੀ ਹੈ ਤੁਸੀਂ ਦੇਖ ਸਕਦੇ ਹੋ। ਦੋ ਪਤਲੇ ਲੜ ਇੱਥੇ ਆਪਾਂ ਇਕੱਠੇ ਕੀਤੇ ਔਰ ਇਕੱਠੇ ਕਰਨ ਤੋਂ ਬਾਅਦ ਜਿਹੜਾ ਕਿ ਲੜ ਆ ਉਸੇ ਤਰੀਕੇ ਦੇ ਨਾਲ ਜਿਹੜਾ ਕਿ ਸਿੰਪਲ ਫਰੰਟ ਤੋਂ ਲੜ ਨੂੰ ਇਕੱਠਾ ਕਰਦੇ ਹੋਏ ਆਪਾਂ ਲਗਾ ਦੇਵਾਂਗੇ। ਔਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਉੱਪਰ ਵਾਲੀ ਸਾਈਡ ਤੋਂ ਲੜ ਆ ਜੋ ਉਹ ਢਿੱਲਾ ਬਾਹਰਲੀ ਸਾਈਡ ਨੂੰ ਰਹੇ ਤਾਂ ਕਿ ਬਾਅਦ ਦੇ ਵਿੱਚ ਕੇਸਾਂ ਦੀ ਸੈਟਿੰਗ ਜਾਂ ਜਿਹੜਾ ਲਾਸਟ 'ਤੇ ਵੱਧਦਾ ਹੋਇਆ ਲੜ ਆ ਉਹ ਆਪਾਂ ਅੰਦਰਲੀ ਸਾਈਡ ਪਾਉਣ ਦੇ ਬਾਅਦ ਦੇ ਵਿੱਚ ਵਧੀਆ ਸ਼ੇਪ ਜਿਹੜੀ ਕਿ ਪਰਨੇ ਦੀ ਬਣਾ ਸਕੀਏ। ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਆਪਾਂ ਜਿਹੜਾ ਕੇਸ ਆ ਉਹਨਾਂ ਦੀ ਸੈਟਿੰਗ ਉਹ ਸਾਈਡ 'ਤੇ ਕਰਾਂਗੇ। ਮੋਨੇ ਵੀਰ ਵੀ ਇਹ ਪਰਨਾ ਬਣ ਸਕਦੇ ਨੇ, ਉਹ ਇਸ ਜਗ੍ਹਾ 'ਤੇ ਬਾਅਦ ਦੇ ਵਿੱਚ ਕੱਪੜਾ ਜਾਂ ਫਿਰ ਲਾਸਟ 'ਤੇ ਜਿਹੜਾ ਵੱਧਦਾ ਹੋਇਆ ਲਾੜਾ ਉਹ ਪਾ ਸਕਦੇ ਨੇ। ਇਸ ਤੋਂ ਇਲਾਵਾ ਪੱਗ ਜਾਂ ਪਰਨਾ ਬੰਨਦੇ ਟਾਈਮ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਂ ਇੰਸਟਾਗ੍ਰਾਮ ਆਈਡੀ 'ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਸ ਟੌਪਿਕ ਦੇ ਉੱਤੇ ਜ਼ਰੂਰ ਜਿਹੜੀ ਕਿ ਵੀਡੀਓ ਲੈ ਕੇ ਆਵਾਂਗੇ। ਬਹੁਤ ਸਾਰੇ ਵੀਰਾਂ ਦੇ ਹੋਰ ਵੀ ਜਿਹੜੇ ਕਿ ਮੈਸੇਜ ਜਾਂ ਕਮੈਂਟ ਵੀਰਾਂ ਦੇ ਆਉਂਦੇ ਨੇ, ਕਾਫੀ ਵੀਡੀਓ ਆ ਜਿਹੜੀਆਂ ਕਿ ਅਜੇ ਪੈਂਡਿੰਗ ਪਈਆਂ ਹੋਈਆਂ ਨੇ। ਇੱਕ ਇੱਕ ਕਰਕੇ ਸਾਰੇ ਵੀਰਾਂ ਦੀਆਂ ਜਿਹੜੀਆਂ ਵੀਡੀਓ ਆ ਉਹ ਪਾਈਆਂ ਜਾਣੀਆਂ ਚੈਨਲ ਦੇ ਉੱਤੇ। ਸੋ ਅੱਜ ਦੀ ਵੀਡੀਓ ਜਿਹੜੀ ਕਿ ਤੁਸੀਂ ਸਟਾਰਟਿੰਗ ਤੋਂ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਪ੍ਰੋਪਰ ਜਿਹੜੇ ਡਿਟੇਲ ਦੇ ਵਿੱਚ ਤੁਹਾਨੂੰ ਜਿਹੜਾ ਕਿ ਸਾਰਾ ਪਤਾ ਲੱਗ ਜਾਵੇ। ਪਰਨੇ ਦੀ ਪੂਣੀ ਤੁਸੀਂ ਦੇਖੋ ਨਾਲ ਦੀ ਨਾਲ ਬਿਲਕੁਲ ਦੋ ਜਿਹੜੇ ਪਤਲੇ ਪੱਲੇ ਆ ਉੱਪਰ ਵਾਲੀ ਸਾਈਡ ਇਕੱਠੇ ਕਰਨ ਦੇ ਬਾਅਦ ਦੇ ਵਿੱਚ ਜੋ ਕਿ ਦੋ ਪਤਲੇ ਪੱਲੇ ਇਕੱਠੇ ਕੀਤੇ ਔਰ ਥੱਲੇ ਬੰਦ ਸਾਈਡ ਰੱਖਦੇ ਹੋਏ ਕੱਪੜੇ ਨੂੰ ਇਕੱਠਾ ਕੀਤਾ ਔਰ ਲੜ ਜਿਹੜਾ ਕਿ ਇੱਕ ਤੋਂ ਬਾਅਦ ਇੱਕ ਲੜ ਉਸੇ ਹੀ ਤਰੀਕੇ ਨਾਲ ਲੱਗੇਗਾ। ਔਰ ਫਿਲਹਾਲ ਆਪਣਾ ਜਿਹੜਾ ਪਰਨਾ ਉਹ ਬੰਨਿਆ ਜਾ ਚੁੱਕਿਆ ਹੈ। ਬਿਲਕੁਲ ਲਾਸਟ ਇੱਕ ਜਾਂ ਦੋ ਲੜ ਜਿਹੜੇ ਕਿ ਬਾਕੀ ਨੇ ਤੁਸੀਂ ਦੇਖ ਸਕਦੇ ਹੋ। ਬਿਲਕੁਲ ਦੇਸੀ ਸਟਾਈਲ ਜਿਹੜਾ ਕਿ ਫ੍ਰੀ ਸਟਾਈਲ ਆਪਾਂ ਬਟਾਂ ਵਾਲਾ ਪਰਨਾ ਸਿੰਪਲ ਅਤੇ ਸਾਦਾ ਤਰੀਕਾ ਇਸ ਟਾਈਮ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਲਾਸਟ ਲੜ ਕਾਫੀ ਆਪਣਾ ਜਿਹੜਾ ਕਿ ਵੱਧ ਚੁੱਕਿਆ ਉਹ ਤੁਸੀਂ ਦੇਖ ਸਕਦੇ ਹੋ। ਆਪਾਂ ਇੱਦਾਂ ਦੇ ਹੀ ਜਿਹੜਾ ਕਿ ਸਾਈਡ 'ਤੇ ਕੱਪੜਾ ਜਿਹੜਾ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਢਿੱਲਾ ਜਿਹੜਾ ਕਿ ਪਰਨਾ ਬੰਨਣਾ, ਕੱਪੜਾ ਸਾਰੇ ਦਾ ਸਾਰਾ ਉਹ ਆਪਾਂ ਸਾਈਡ 'ਤੇ ਇੱਕ ਸਾਈਡ 'ਤੇ ਅੰਦਰਲੀ ਸਾਈਡ ਪਾ ਦੇਵਾਂਗੇ। ਔਰ ਤੁਸੀਂ ਦੇਖ ਸਕਦੇ ਹੋ ਵਧੀਆ ਸ਼ੇਪ ਦੇ ਵਿੱਚ ਜਿਹੜਾ ਕਿ ਪਰਨਾ ਇਸ ਟਾਈਮ ਆਪਣਾ ਬੰਨਿਆ ਜਾ ਚੁੱਕਿਆ। ਹਲਕੀ ਹਲਕੀ ਹੱਥਾਂ ਦੇ ਨਾਲ ਜਿਹੜੀ ਕਿ ਸੈਟਿੰਗ ਆ ਉਹ ਆਪਾਂ ਕਰਾਂਗੇ। ਸੈਟਿੰਗ ਕਰਨ ਦੇ ਬਾਅਦ ਪ੍ਰੋਪਰ ਜਿਹੜਾ ਕਿ ਪਰਨਾ ਉਹ ਬੰਨਿਆ ਜਾ ਚੁੱਕਿਆ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਵੀ ਸਾਰੇ ਜਿਹੜੇ ਹੋਰ ਵੀਰ ਆਪਣੇ ਦਸਤਾਰ ਸਿੱਖਣੀ ਚਾਹੁੰਦੇ ਜਾਂ ਪਰਨਾ ਬੰਨਣਾ ਸਿੱਖਣਾ ਚਾਹੁੰਦੇ ਉਹਨਾਂ ਤੱਕ ਇਹ ਵੀਡੀਓ ਸ਼ੇਅਰ ਜ਼ਰੂਰ ਕੀਤੀ ਜਾਵੇ ਤਾਂ ਕਿ ਉਹ ਵੀ ਵਧੀਆ ਸੋਹਣੀ ਦਸਤਾਰ ਜਾਂ ਪਰਨਾ ਜਿਹੜਾ ਕਿ ਆਪਣੇ ਚੈਨਲ ਤੋਂ ਸਿੱਖ ਸਕਣ। ਲਾਸਟ 'ਤੇ ਆਪਾਂ ਸਭ ਤੋਂ ਪਹਿਲਾਂ ਜੋ ਲੜ ਲਗਾਇਆ ਸੀ ਉਸਦੇ ਨਾਲ ਸਿਰ ਕਵਰ ਕਰਦੇ ਹੋਏ ਕੰਪਲੀਟਲੀ ਪਰਨਾ ਆਪਣਾ ਬੰਨਿਆ ਜਾ ਚੁੱਕਿਆ ਹੈ। ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾਂਦੇ ਜਾਂਦੇ ਇੱਕ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸ ਤੋਂ ਇਲਾਵਾ ਹੋਰ ਵੀਡੀਓ ਦੇ ਲਈ ਚੈਨਲ 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਜੇ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ। ਧੰਨਵਾਦ।